ਪੰਮੀਏ, ਓ ਪੰਮੀਏ, ਇੱਕ ਤਾਂ ਸੁਣਦੀ ਵੀ ਹੈ ਨੀ ਇਹ। ਓ ਜਵਾਕੋ, ਤੁਹਾਡੀ ਮੰਮੀ ਨੂੰ ਬੁਲਾਇਓ। ਕੀ ਗੱਲ, ਕਿਉਂ ਜਵਾਕਾਂ ਤੇ ਰੌਲਾ ਤੂੰ ਚੱਕਿਆ ਹੋਇਆ ਹੈ? ਅਜੀ ਇਹੋ ਜਿਹੀ ਕੀ ਗੱਲ ਦੱਸਣਾ ਤੂੰ ਖਜ਼ਾਨੇ ਦੀ, ਜਿਹੜੀ ਨਾ ਤੂੰ ਸਾਰਾ ਘਰ ਸਿਰ ਤੇ ਚੱਕੀ ਬੈਠਾ। ਪੰਮੀਏ ਪੰਮੀਏ, ਪਹਿਲਾਂ ਸੁਣ ਵੀ ਲਿਆ ਕਰ, ਪਹਿਲਾਂ ਹੀ ਰੌਲਾ ਪਾਉਣ ਲੱਗ ਜੂਗੀ। ਹੈ ਨਾ ਪੰਮੀ ਅੰਦਰ ਕੰਮ ਕਰੀ ਜਾਂਦੀ ਸੀਗੀ। ਉਹ ਬੰਦੇ ਨੂੰ 100 ਕੰਮ ਹੁੰਦਾ ਯਾਰ, 100 ਕੰਮ ਹੁੰਦਾ ਯਾਰ। ਮੈਂ ਤੈਨੂੰ ਐ ਕਹੀ ਆ ਨਾ ਵੀ ਪਹਿਲਾਂ ਤਾਂ ਜਵਾਕਾਂ ਨੂੰ ਨਵਾ। ਆਹੋ, ਐਤਵਾਰ ਅੱਜ ਨਵਾ ਲੈ ਨਾ। ਤੇਰੇ ਹੱਥਾਂ 'ਚ ਕੀ ਚੂੜੀਆਂ ਪਾਈਆਂ, ਮੈਂ ਘਰ ਦੇ ਕੰਮ ਵੀ ਕਰਾਂ, ਜਵਾਕਾਂ ਨੂੰ ਵੀ ਵੇਖਾਂ, ਤੇਰਾ ਤਾਂ ਕੋਈ ਸਹਾਰਾ ਨਹੀਂ ਮੈਨੂੰ। ਮੈਂ ਤੂੰ ਨਵਾ ਲਿਆ ਉੱਥੇ ਬੋਰ ਚੱਲੀ ਜਾਂਦਾ। ਐ ਨਹੀਂ ਵੀ ਚੱਲ ਮੈਂ ਨਾਲੇ ਆਪ ਇਨਫੈਕਸ਼ਨ ਹੋ ਜਾਂਦਾ ਮੈਨੂੰ ਨਾਲ ਨਾਲ। ਹਾਂ ਬਿਮਾਰ, ਨਾਲੇ ਪਤਾ ਹੈ ਚੰਗਾ ਭਲਾ ਪਤਾ ਵੀ ਮੈਂ ਬਿਮਾਰ ਹੋ ਜਾਣਾ ਨਾਲ ਨਾਲ। ਚੱਲ ਠੀਕ ਹੈ, ਪਾਣੀ ਬਚ ਜੂ, ਤੇਰਾ ਤਾਂ ਆਹੀ ਹਾਲ ਰਿਹਾ। ਤੂੰ ਨਹੀਂ ਨਹਾਉਂਦਾ, ਤੂੰ ਨਹੀਂ ਨਹਾਉਂਦਾ ਤਾਂ ਉਹਨਾਂ ਨੂੰ ਤਾਂ ਨਵਾ ਲਿਆ ਜਵਾਕਾਂ ਨੂੰ ਤਾਂ। ਉਹ ਮੈਂ ਤੈਨੂੰ ਕਹੀ ਜਾਂਦਾ ਵੀ ਨਵਾ ਲੈ ਉਹਨਾਂ ਨੂੰ ਜਾ ਕੇ। ਤੈਨੂੰ ਕਹੀ ਜਾਂਦਾ ਨਵਾ ਲੈ ਜਾ ਕੇ। ਹਾਂ ਦੱਸ ਕਿਉਂ ਰੌਲਾ ਪਾਇਆ ਸੀਗਾ? ਇਸ ਤੋਂ ਇਲਾਵਾ ਕੋਈ ਹੋਰ ਵੀ ਗੱਲ ਹੈਗੀ ਹੈ ਜੇ ਬਸ ਐਵੇਂ ਸ਼ੋਰ ਪਾਈ ਜਾਂਦਾ ਵੇ? ਖਜ਼ਾਨੇ ਦੀ ਦੱਸਦਾ ਤੈਨੂੰ ਨਾ, ਖਜ਼ਾਨਾ ਤਾਂ ਬੜਾ ਤੂੰ ਇੱਥੇ ਦੱਬ ਰੱਖਿਆ। ਉਹ ਦੱਬਿਆ ਪਿਆ ਦੱਬਿਆ ਪਿਆ ਵੇਖ ਨਹੀਂ ਮੈਂ ਮਰ ਜਾ ਤੇਰੇ ਪੇਕੇ। ਨਾ ਮੇਰੇ ਪੇਕਿਆਂ ਤੇ ਤੂੰ ਚੜ ਜਾ, ਮੇਰੇ ਪੇਕੇ ਮੇਰੇ ਪੇਕਿਆਂ ਨੇ ਕਿੱਥੇ ਉਹ ਵੇਖੀ। ਉਹ ਫਿਰ ਪਹਿਲਾਂ ਰੌਲਾ ਕਰਨ ਲੱਗ ਜਾਣੀ, ਪਹਿਲਾਂ ਸੁਣ ਤਾਂ ਲੈ ਗੱਲ ਕੀ ਹੈ ਕੀ ਨਹੀਂ ਹੈਗਾ। ਹੈ ਨਾ ਦੱਸ ਕੀ ਗੱਲ ਤੇਰੀ ਇਹੋ ਜੀ? ਮੈਂ ਤਾਂ ਤੇਰੀਆਂ ਸਾਰੀਆਂ ਗੱਲਾਂ ਰੋਜ਼ ਸੁਣੀ, ਤੇਰੀ ਤਾਂ ਕਿਸੇ ਗੱਲ ਦੇ ਵਿੱਚ ਕੋਈ ਦਮ ਹੁੰਦਾ ਨਹੀਂ। ਐ ਕਰ ਚਾਹ ਜੀ ਬਣਾ ਕੇ ਲਿਆ, ਵਧੀਆ ਆਹੀ ਗੱਲ ਸੀ, ਹੋਰ ਕੀ ਹੈ। ਵਧੀਆ ਚਾਹ, ਮੈਨੂੰ ਉੱਥੋਂ ਵੀ ਸੱਦ ਮਾਰ ਕੇ ਕਹਿ ਮੈਂ ਹੈ ਯਾਰ। ਫਿਰ ਤੂੰ ਉਹ ਰੌਲਾ ਕਰਦੀ ਉੱਥੇ ਲੋਕ ਸੁਣਦੇ, ਆੜ ਗਵਾਂਢ ਵਾਲੇ ਲੋਕ ਸੁਣਦੇ ਹੈ ਵੀ ਇਹਦਾ ਕੰਜਰ ਦੇ ਲੜਦੇ ਰਹਿੰਦੇ ਆ, ਤਾਂ ਕਰਕੇ ਮੈਂ ਤੈਨੂੰ ਮੈਂ ਉੱਥੋਂ ਮਹਾਂ ਤੂੰ ਐਵੇਂ ਰੌਲਾ ਕਰੇਂਗੀ ਵੀ ਚੱਲ ਕੋਲੇ ਆ ਕੇ ਮਹਾਂ ਜੋ ਕੁਛ ਕਹਿਣਾ ਉਹਨੇ ਕਹਿ ਲੂਗੀ, ਕੋਈ ਹਰਜ ਨਹੀਂ। ਕਿਹਨੇ ਦਿਮਾਗ ਖਾਧਾ ਹੋਇਆ? ਐਂ ਕਰ ਵਧੀਆ ਜੀ ਚਾਹ ਬਣਾ ਕੇ ਲਿਆ ਅਤੇ ਸਾਰਾ ਕੁਛ ਹੀ ਪਾ ਦੀ ਉਹਦੇ 'ਚ। ਹੈਂ ਉਹ ਵੀ ਪਾ ਦੀ ਯਾਰ, ਉਹ ਇੱਕ ਮਿੰਟ ਯਾਰ, ਉਹ ਯਾਰ ਨਾਂ ਨਹੀਂ ਯਾਦ ਆਉਂਦਾ ਪਿਆ, ਉਹ ਛੋਟੀ ਜਿਹੀ ਹੁੰਦੀ ਹੈ ਯਾਰ ਜਿਹੜੀ ਚਾਹ 'ਚ ਪੈਂਦੀ ਹੁੰਦੀ ਹੈ ਯਾਰ, ਉਹ ਵੀ ਯਾਦ ਕਰ ਲਾ। ਹਾਂ ਉਹ ਵੀ ਪਾ ਦੀ, ਮੈਂ ਬਣਾ ਕੇ ਲਿਆਉਣੀ ਆ। ਇੱਕ ਮਿੰਟ, ਫੋਨ ਆ ਗਿਆ। ਹੁਣ ਕਿਹਦਾ ਆ ਗਿਆ? ਹਾਂ ਕਿਹਦਾ ਫੋਨ ਹੈ? ਫੋਨ ਆ ਗਿਆ। ਹਾਂ ਬੜੇ ਇਹਦੇ ਇੱਥੇ, ਤੂੰ ਚਾਹ ਬਣਾ ਲੈ, ਚਾਹ ਬਣਾ ਲੈ ਜਾ। ਹਾਂ ਬਣਾ ਲੈ ਚਾਹ। ਬੜੇ ਇਹਦੇ ਇੱਥੇ ਚੱਲਦੇ ਬਿਜ਼ਨਸ ਜਿਹੜਾ ਇਹਦਾ ਇੰਨਾ ਤਕੜਾ ਫੋਨ ਆ ਗਿਆ। ਕਿਉਂ ਸੁਣਾਈ ਜਾਨੀ ਹੈ? ਕਿਉਂ ਸੁਣਾਈ ਜਾਨੀ ਹੈ? ਹਾਂ ਹੈਲੋ ਹੈਲੋ, ਹਾਂ ਬਾਈ, ਹਾਂ ਜੰਟੇ ਬਾਈ ਯਾਰ ਕੋਈ ਗੱਲ ਨਹੀਂ, ਦੇ ਦੂੰਗਾ ਪੈਸੇ ਯਾਰ। ਐਂ ਕਿਉਂ ਕਰਦਾ? ਦੇ ਦੂੰਗਾ ਦੇ ਦੂੰਗਾ, ਕੋਈ ਗੱਲ ਨਹੀਂ, ਹਾਂ ਦੇ ਦੂੰਗਾ। ਇਹ ਝੋਨਾ ਨਾ ਯਾਰ ਬਾਈ, ਇਹ ਝੋਨਾ ਨਹੀਂ ਲੱਗਦਾ, ਨਾ ਨਹੀਂ ਲੱਗਦਾ, ਗਰਮੀ ਲੱਗ ਜਾਂਦੀ ਹੈ। ਹਾਂ ਗਰਮੀ ਬਹੁਤ ਆ ਬਾਈ, ਅਤੇ ਝੋਨਾ ਨਹੀਂ ਲੱਗਦਾ। ਕੋਈ ਗੱਲ ਨਹੀਂ ਬਾਈ, ਦਿਹਾੜੀਆਂ 'ਚ ਤੇਰੇ ਪੂਰੇ ਕਰ ਦੂੰਗਾ। ਹਾਂ ਪਰ ਝੋਨਾ ਨਹੀਂ ਲੱਗਦਾ, ਨਾ ਨਾ ਕਰ ਬਾਈ। ਹਾਂ 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 ਹਾਂ, ਉਹ ਯਾਰ ਕਹੋ, ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਰ, ਫਿਰ ਅਸੀਂ ਆਪੇ ਪਿੰਡ ਛੱਡ ਕੇ ਜਾਂਦੇ ਹਾਂ ਯਾਰ ਕੋਈ। ਹੈਂ ਐਂ ਨਾ, ਇਹਨੇ ਐਂ ਨਹੀਂ ਕਰੀਦਾ ਹੁੰਦਾ, ਤੁਹਾਡੇ ਕੋਲ ਅਸੀਂ ਲੈਣਾ ਦੇਣਾ, ਦਾਣੇ ਵੀ ਤੁਹਾਡੇ ਕੋਲੋਂ ਲੈਂਦੇ ਹਾਂ, ਸਾਰੀ ਚੀਜ਼ ਜੋ ਚੀਜ਼ ਦੇਖੋ, ਜੇ ਤੁਹਾਡੇ ਕੋਲੋਂ ਅਸੀਂ ਕੁਛ ਲੈਂਦੇ ਹਾਂ ਤਾਂ ਤੁਹਾਨੂੰ ਅਸੀਂ ਭਾਈ ਕੰਮ ਵੀ ਕਰਦੇ ਹਾਂ ਤੁਹਾਡੇ। ਹੁਣ ਭਾਈ ਆਹ ਢਿੱਲਾ ਮੱਠਾ ਹੁੰਦਾ ਜਦੋਂ ਬੰਦਾ ਨਹੀਂ ਯਾਰ ਕਰਿਆ ਜਾਂਦਾ। ਹਾਂ ਕੋਈ ਗੱਲ ਨਹੀਂ, ਅੱਗੇ ਪਿੱਛੇ ਥੋੜ੍ਹੀ ਜਿਹੀ ਗਰਮੀ ਠੀਕ ਹੋ ਜਾਣ ਦੇ, ਮੈਂ ਦਿਹਾੜੀਆਂ ਦੂੜੀਆਂ ਲਾ ਕੇ ਤੇਰੇ ਪੂਰੇ ਕਰ ਦੂੰਗਾ, ਬਾਕੀ ਨਾ ਵੀ ਹੋਏ ਤਾਂ ਪੈਸੇ ਤੈਨੂੰ ਦੇ ਦੂੰਗਾ ਮੈਂ। ਹਾਂ ਕੋਈ ਐਸੀ ਗੱਲ ਨਹੀਂ, ਹਾਂ 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 ਯਾਰ ਪਿੰਡ ਛੱਡ ਕੇ ਥੋੜ੍ਹਾ ਜਾਂਦੇ ਹਾਂ, ਦੇ ਦਾਂਗੇ ਕੋਈ ਗੱਲ ਨਹੀਂ। ਹਾਂ ਹਾਂ ਐਵੇਂ ਨਹੀਂ ਚਿੰਤਾ ਕਰੀ ਦਿੰਦੀ। ਹਾਂ
ਤੈਨੂੰ ਅੱਧਾ ਘੰਟਾ ਹੋ ਗਿਆ ਫੋਨ ਤੇ ਗੱਲਾਂ ਕਰਦੇ ਨੂੰ, ਮੈਂ ਚਾਹ ਵੀ ਬਣਾ ਲਿਆਈ। ਤੇ ਤੈਨੂੰ ਅੱਧਾ ਘੰਟੇ ਚ ਹੁਣ ਚਾਹ ਬਣਾ ਕੇ ਲਈ ਐ? ਤੇ ਜਿਵੇਂ ਜਿਵੇਂ ਕਿਹਾ ਸੀ ਮੈਂ ਤਾਂ ਉਵੇਂ ਬਣਾ ਕੇ ਲਈ। ਤੂੰ ਅੱਧਾ ਘੰਟਾ ਪਹਿਲਾਂ ਬੋਲੀ ਸੀ ਚਾਹ, ਇੰਨੀ ਵਧੀਆ ਚਾਹ ਬਣਾ ਕੇ ਲਈ ਆ ਜਿਵੇਂ ਜਿਵੇਂ ਤੂੰ ਆਖਿਆ ਸੀ ਮੈਂ ਉਵੇਂ ਬਣਾ ਕੇ ਲਈ ਆ। ਓਏ ਜੰਟੇ ਦਾ ਫੋਨ ਸੀ ਇਹ, ਜੰਟੇ ਦਾ ਫੋਨ। ਅਗਲੇ ਦੇ ਪੈਸੇ ਦੇਣੇ ਆ, ਹੁਣ ਕਰੀਏ ਕੀ? ਕਹਿੰਦਾ ਬਾਈ ਝੋਨਾ ਲਾ ਦੇ। ਜੋ ਤਾਂ ਮੈਨੂੰ ਪਤਾ ਤੂੰ ਜੰਟੇ ਕਹਿੰਦੇ ਪੈਸੇ ਦੇਣੇ ਤੇ ਫਿਰ ਤੂੰ ਵਗ ਜਾ ਚਾਹ ਪੀ ਕੇ। ਝੋਨਾ ਯਾਰ ਮੇਰੇ ਤੋਂ ਲੱਗਦਾ ਯਾਰ ਹੁਣ ਝੋਨਾ, ਹਾਂ ਝੋਨਾ, ਪਤਾ ਕਿ ਮੈਨੂੰ ਗਰਮੀ ਲੱਗ ਰਹੀ ਹੈ, ਉਹ ਕੋਡਾ ਨਹੀਂ ਹੋਇਆ ਜਾਂਦਾ, ਨਾਲੇ ਢੂਈ ਦੁਖਣ ਲੱਗ ਜਾਂਦੀ ਹੈ, ਤੇ ਤੂੰ ਲਾਇਆ ਨਾ? ਮੈਨੂੰ ਨੀ ਗਰਮੀ ਲੱਗਦੀ ਗੀ, ਇਹ ਖੇਤਾਂ ਪੱਤਿਆਂ ਦੇ ਕੰਮ ਬੰਦਿਆਂ ਵਾਲੇ ਹੁੰਦੇ ਆ ਤੇ ਬੰਦਿਆਂ ਨੂੰ ਕਰਨੇ ਚਾਹੀਦੇ। ਉਹ ਮੈਂ ਤੇਰੇ ਨਾਲ ਵਗ ਜੂੰਗਾ, ਮੈਂ ਬਾਹਰ ਬੈਠਾ ਰਿਹਾ ਕਰੂੰਗਾ, ਤੂੰ ਝੋਨਾ ਲਾਉਂਦੀ ਰਿਹਾ ਕਰੀ। ਸ਼ਰਮ ਨੀ ਇਹਨੂੰ ਆਉਂਦੀ ਗੀ? ਮੇਰੀ ਢੂਈ ਦੁਖਦੀ ਹੈ ਯਾਰ, ਨਹੀਂ ਕੋਟਾ ਹੋ ਜਾਂਦਾ। ਤਾਂ ਮੈਨੂੰ ਜਵਾਨ ਲੱਭ ਰੱਖੀ ਹੈ, ਨਾਲੇ ਗਰਮੀ ਲੱਗ ਰਹੀ ਹੈ, ਢਿੱਡ 'ਚ ਖਰਾਬੀ ਹੋ ਰਹੀ ਹੈ ਨਾ? ਢਿੱਡ 'ਚ ਖਰਾਬੀ ਕੀ, ਤੈਨੂੰ ਤਾਂ ਇੱਕ ਤੋਂ ਇੱਕ ਬਹਾਨਾ ਚਾਹੀਦਾ, ਕਦੇ ਤੈਨੂੰ ਗਰਮੀ ਲੱਗ ਗਈ, ਕਦੇ ਤੇਰਾ ਢਿੱਡ ਦੁਖਦਾ, ਕਦੇ ਤੇਰਾ ਸਿਰ ਦੁਖਦਾ। ਲੜਾਈ ਦਾ ਤਾਂ ਤੂੰ ਕੰਮ ਕਰਨਾ ਹੈ ਕਿ ਨਹੀਂ ਕਰਨਾ? ਪਹਿਲਾਂ ਅੱਧੀ ਗਰਮੀ ਦਾ ਤੂੰ ਚੜਾ ਰੱਖੀ ਹੈ ਮੇਰੇ, ਤੂੰ ਚੜਾ ਰੱਖੀ ਹੈ ਸਿਰ ਨੂੰ ਚੜਾ ਰੱਖੀ। ਜੇ ਤੂੰ ਸ਼ਾਂਤ ਰਵੇਂ ਤਾਂ ਮੇਰੇ ਬਿਲਕੁਲ ਹੀ ਗਰਮੀ ਨਹੀਂ ਹੈਗੀ, ਤੂੰ ਬਸ ਬੀਪੀ ਹਾਈ ਕਰੀ ਰੱਖਦੀ ਹੈ, ਗਰਮੀ ਮੇਰੇ ਚੜਾਈ ਰੱਖਦੀ ਹੈ। ਮੈਂ ਕੰਮ ਨਾ ਕਰੇਗਾ ਤਾਂ ਫਿਰ ਖਾਵੇਂਗਾ ਕੀ? ਉਹ ਨਿਆਣਿਆਂ ਨੂੰ ਕੀ ਖਵਾਏਗਾ ਜਿਹੜੇ ਨਿੱਕੇ ਨਿੱਕੇ ਹੈਗੇ ਆ? ਹੈ ਗੱਲਾਂ ਤੇ ਨਾਲ ਫਿਰ ਤੈਨੂੰ ਪਤਾ ਅੱਜ ਕੱਲ ਮਹਿੰਗਾਈ ਦਾ ਜਮਾਨਾ, ਨਾਲ ਤੂੰ ਵੀ ਕੰਮ ਕਰਿਆ ਕਰ। ਤੇ ਮੈਂ ਇਹ ਕਰਦਾ ਕਰਾਂ ਕਿ ਉਹ ਬਾਹਰ ਦਾ ਕਰਾਂ ਜਾ ਕੇ? ਜਨਾਨੀ ਦਾ ਘਰ ਦੀ ਹੁੰਦੀ ਹੈ ਕੰਮ ਕਰਨ ਦੀ, ਬੰਦਾ ਬਾਹਰੋਂ ਕਮਾ ਕੇ ਲਿਆਉਂਦਾ ਹੈ। ਹੈ ਚੱਲ ਹਾਂ ਹੋਇਆ ਦੁੱਖ ਦੁੱਖ ਦੇ ਵਿੱਚ, ਚੱਲ ਜਵਾਕਾਂ ਨੂੰ ਵੀ ਚੱਲ ਆਪਦਾ ਬਈ ਕਿਸੇ ਟਾਈਮ ਨਵਾਤਾ ਰੋਟੀ ਬਣਾਤੀ, ਚੱਲ ਵੀ ਇਹ ਜਨਾਨੀ ਦਾ ਕੰਮ ਹੈ। ਆ ਜਵਾਕਾਂ ਦਾ ਹਾਲ ਦੇਖ, ਆ ਦੇਖ ਆ ਕੀ ਹਾਲ ਹੈ, ਆ ਸੋਨੂੰ ਦਾ ਹਾਲ ਦੇਖ ਲੈ। ਕੋਈ ਨੀ, ਨਿਆਣੇ ਆ, ਗਰਮੀ ਹੈ, ਗਰਮੀ ਦੇ ਵਿੱਚ ਸਾਰਾ ਦਿਨ ਤਾਂ ਟੂਵਲ ਤੇ ਨਹਾਉਂਦੇ ਆ, ਫਿਰ ਭੱਜ ਕੇ ਆਉਂਦੇ ਆ। ਸਿੰਮੀ ਦਾ ਦੇਖ, ਸਿੰਮੀ ਦਾ ਕੀ ਹਾਲ ਹੈ? ਉਹ ਜਵਾਕ ਹੈ, ਉਹ ਤਾਂ ਫਿਰ ਹੀ ਕਰਦੇ ਰਹਿੰਦੇ ਸਾਰਾ ਦਿਨ, ਖਾ ਲਿਆ, ਮੂੰਹ ਲਬੇੜ ਲਿਆ, ਕਦੇ ਕੁਛ ਕਰ ਲਿਆ। ਲਿਆ ਹੁਣ ਚਾਹ ਫੜਾਵੇਂਗੀ, ਐਂ ਰੱਖੀ ਰੱਖੇਂਗੀ, ਠੰਡੀ ਹੋ ਜੂਗੀ। ਠੰਡੀ ਕੀ ਹੋ ਜੂਗੀ? ਹਾਂ ਫੜ, ਹਜੇ ਤਾਂ ਤੱਤੀ ਪਈ ਹੈ ਪੂਰੀ, ਹੋ ਗਈ ਠੰਡੀ। ਕਿੱਥੇ ਜਾ ਕਾਲਾ ਕਾਲਾ ਜਾ ਚਾਹ ਚ ਕੀ ਹੈ? ਇਹ ਕਾਲਾ ਕਾਲਾ ਤਾਂ ਪਤਾ, ਤੂੰ ਜਿਵੇਂ ਮੈਨੂੰ ਕਿਹਾ ਸੀ ਮੈਂ ਤਾਂ ਉਵੇਂ ਬਣਾਈ ਹੈ ਚਾਹ, ਬਹੁਤ ਵਧੀਆ ਬਣਾਈ ਹੈ ਚਾਹ। ਕੀ ਹੈ ਇਹ? ਲੈ ਤੂੰ ਕਿਹਾ ਨਹੀਂ ਸੀ ਇੱਥੇ ਉਹ ਪਾ ਲਿਆ ਵਿੱਚ? ਇੱਥੇ ਕਿੰਨੀ ਦੇਰ ਤਾਂ ਮੈਨੂੰ ਉੱਥੇ ਲੱਗ ਗਈ ਅੰਦਰ, ਤਾਂ ਕਰਕੇ ਅੱਧਾ ਘੰਟਾ ਲੱਗ ਗਿਆ। ਇਹ ਤਾਂ ਮੱਖੀ ਹੈ ਵਿੱਚ। ਮੱਖੀ? ਉਹ ਚਾਹ 'ਚ ਮੱਖੀ ਪਾ ਲਈ ਤੂੰ? ਹਾਂ ਆਪ ਵੀ ਤਾਂ ਕਿਹਾ ਸੀ ਕਿ ਉਹ ਪਾ ਲਿਆ ਇੱਥੇ ਛੋਟੀ ਜੀ। ਮੈਂ ਤੈਨੂੰ ਕਦੋਂ ਕਿਹਾ ਸੀ ਵੀ ਚਾਹ 'ਚ ਮੱਖੀ ਪਾ ਲਈ? ਮੈਨੂੰ ਲਾਚੀ ਦੇ ਬਾਰੇ ਕਹਿੰਦਾ ਸੀ ਲਾਚੀ ਪਾ ਲਈ? ਮੈਨੂੰ ਕੀ ਪਤਾ ਤੂੰ ਲਾਚੀ ਦਾ ਤਾਂ ਨਾ ਹੀ ਨੀ ਲਿਆ, ਤੂੰ ਤੇ ਤਾਂ ਫੋਨ ਤੇ ਰੁੱਝਿਆ ਹੋਇਆ ਸੀ। ਫੇਰ ਮੈਂ ਤਾਂ ਕੁਛ ਪਾਣਾ ਹੀ ਸੀ ਵੀ ਉਹ ਛੋਟੀ ਜੀ, ਮੈਂ ਸੋਚਿਆ ਕਿਤੇ ਮੱਖੀ ਕਹਿੰਦਾ ਹੋਣਾ ਵੀ ਛੋਟੀ ਜੀ ਉਹੀ ਹੈ। ਬਈ ਤੂੰ ਸੋਚਿਆ ਵੀ ਚਾਹ 'ਚ ਤਾਂ ਉਹ ਮੱਖੀ ਪੈਂਦੀ ਹੁੰਦੀ ਹੈ ਬਸ? ਹੋਰ ਮੱਖੀ ਤਾਂ ਡਿੱਗੀ ਪੈਂਦੀ ਚਾਹ ਦੇ ਵਿੱਚ। ਮੈਂ ਕਿਹਾ ਜਿਹਨੇ ਕਿਹਾ ਹੋਣਾ ਵੀ ਉਹ ਪਾ ਲਿਆ ਛੋਟੀ? ਓ ਮੈਂ ਤੈਨੂੰ ਲਾਚੀ ਦਾ ਕਿਹਾ ਸੀ, ਲਾਚੀ ਦਾ ਮੈਨੂੰ ਪਤਾ ਸੀ ਕਿ ਤੂੰ ਲਾਚੀ ਦਾ ਕਿਹਾ ਸੀ। ਕਿੰਨੀ ਦੇਰ ਮੇਰੀ ਮਿਹਨਤ ਖਰਾਬ ਕਰਵਾਤੀ ਇਹਨੇ, ਬੇਸੁਰੀ ਜਨਾਨੀ ਚੱਕ ਲਿਆ ਮੈਂ ਫੜ ਕੇ। ਹਾਂ ਕਿੰਨੀ ਦੇਰ ਤਾਂ ਮੈਂ ਇਹਨੂੰ ਮਾਰਨ ਤੇ ਲੱਗੀ ਰਹੀ ਅੰਦਰ। ਮੈਂ ਵੀ ਸੋਚਿਆ ਵੀ ਇੰਨੀ ਅੱਧਾ ਘੰਟਾ ਤੂੰ ਇਸੇ ਕਰਕੇ ਨਹੀਂ ਲਈ? ਤੇ ਹੋਰ ਕਿੰਨੀ ਦੇਰ ਉੱਥੇ ਮਾਰੀ ਮੈਂ ਉਹਨੂੰ ਵਿਚਾਰੀ ਨੂੰ ਐਂ ਕਰਕੇ, ਉਹਦਾ ਤਾਂ ਕੁਚੁੰਬਾ। ਮੈਂ ਵੀ ਸੋਚਿਆ ਵੀ ਇੰਨੀ ਦੇਰ ਚਾਹ ਤੇ ਕਿਵੇਂ ਲਾਤੀ ਇਹਨੇ, ਮੱਖੀ ਮਾਰਨ ਤੇ ਲੱਗੀ ਰਹੀ ਹੈ। ਫਿਰ ਚਾਹ ਦੇ ਵਿੱਚ ਵੀ ਤਾਂ ਪਾਉਣੀ ਸੀ ਜੀ ਮਾਰ ਕੇ ਉਹਨੂੰ। ਮੈਂ ਹੁਣ ਤੈਨੂੰ ਜੀ ਤਾਂ ਕਰਦਾ ਮੈਂ ਤੈਨੂੰ ਜਿਵੇਂ ਮੱਖੀ ਮਾਰੀ ਹੈ ਨਾ ਤੂੰ, ਤੈਨੂੰ ਵੀ ਨਾਲ ਦੀ ਨਾਲ ਮਾਰ ਦਿਆਂ। ਨਾਨੀ ਯਾਦ ਆਉਂਦਾ ਪਿਆ ਸੀ,
ਦੁੱਧ ਚਾਹ ਪੱਤੀ ਖੰਡ ਗੁੜ ਹੈ ਕਿੰਨੀ ਮਿਹਨਤ ਕਰੀ ਮੈਂ ਮੱਖੀ ਮਾਰਨ ਤੇ ਪੀਏ ਨੂੰ ਹੁਣ ਆਹੋ ਤੂੰ ਪੀ ਲੈ ਮੈਂ ਤਾਂ ਸੋਚਿਆ ਕਿਤੇ ਤੈਨੂੰ ਡਾਕਟਰ ਨੇ ਦੱਸੀ ਹੋਣੀ ਕਿ ਬਈ ਚਲੋ ਆਪਦਾ ਢਿੱਡ ਜਿਹਾ ਖਰਾਬ ਰਹਿੰਦਾ ਕਦੇ ਇਹਦਾ ਵੀ ਉਹ ਹੁੰਦਾ ਵੀ ਸਿਆਣੇ ਸੋਹਣੇ ਨੇ ਕਿਸੇ ਨੇ ਦੱਸਿਆ ਹੋਵੇ ਵੀ ਮੱਖੀ ਮਾਰ ਕੇ ਵਿੱਚ ਪਾ ਲਈ ਤੇ ਤਾਂ ਕਰਕੇ ਮੈਂ ਤਾਂ ਮੱਖੀ ਪਾਈ ਤੂੰ ਸੋਚਿਆ ਵੀ ਇਹਨੂੰ ਗਰਮੀ ਲੱਗ ਰਹੀ ਹੈ ਵੀ ਹੋ ਸਕਦਾ ਵੀ ਇਹ ਸਿਆਣੇ ਨੇ ਦੱਸਿਆ ਹੋਵੇ ਯਾਰ ਵੀ ਮੱਖੀ ਮਾਰ ਕੇ ਵੀ ਇਹਨੂੰ ਵੀ ਤੇ ਹੋਰ ਮੈਂ ਚਾਹ ਚ ਪਾ ਕੇ ਪਾਤੀ ਮੈਂ ਤਾਂ ਨੀ ਪੀਂਦੀ ਕਿ ਮੈਂ ਕਿਹੜਾ ਇੱਥੇ ਮੈਂ ਕਿਹੜਾ ਇੱਥੇ ਡਾਕਟਰ ਨੀ ਸੀਗੀ ਐਕਸਪੈਰੀਮੈਂਟ ਕਰਦੀ ਸੀਗੀ ਇਹ ਤਾਂ ਚੱਲ ਮੈਨੂੰ ਪਤਾ ਲੱਗਿਆ ਵੀ ਹਾਂ ਛੋਟੀ ਜਿਹੀ ਉਹੀ ਪਾਣੀ ਹੋਣੀ ਮੈਂ ਕਿਹਾ ਮੱਖੀ ਕੱਢ ਕੇ ਜਵਾਕਾਂ ਨੂੰ ਪਿਆ ਦੇ ਕਿਉਂ ਜਵਾਕਾਂ ਨੂੰ ਬਿਮਾਰ ਕਰਨਾ ਤੇਰਾ ਕੀ ਤੈਨੂੰ ਨੀ ਕੁਛ ਹੁੰਦਾ ਗਾ ਤੂੰ ਪੀ ਲੈ ਮੈਂ ਤੂੰ ਪੀ ਜ਼ਰੂਰੀ ਹੈ ਤੂੰ ਆਹੀ ਪਿਆਣੀ ਹੈ ਮੈਨੂੰ ਮੈਂ ਭਾਈ ਆਹੀ ਪਿਆਉਂਗੀ ਮੇਰਾ ਟਾਈਮ ਬੜਾ ਲੱਗਿਆ ਦੁਆਇਆ ਨਾ ਕਰ ਮੇਰੀ ਗੱਲ ਸੁਣ ਲੈ ਦੁੱਧ ਦੇ ਵਿੱਚ ਵੀ ਤਾਂ ਮੱਖੀ ਡਿੱਗ ਪੈਂਦੀ ਹੈ ਨਾ ਤੇ ਲੋਕੀ ਬਾਹਰ ਕੱਢ ਕੇ ਸਿੱਟ ਦਿੰਦੇ ਉਹ ਮੈਂ ਹੋਰ ਬਿਮਾਰ ਹੋ ਜਾਊਂਗਾ ਮਖਾ ਨਹੀਂ ਹੁੰਦਾਗਾ ਤੇਰਾ ਕੀ ਵਿਗੜਦਾ ਹੈ ਤੇਰਾ ਕੁਛ ਨਹੀਂ ਵਿਗੜਦਾ ਇਹੋ ਜਿਹਾ ਮੈਨੂੰ ਮੇਰੇ ਸਹੁਰੇ ਦੀ ਮੈਨੂੰ ਮੱਖੀ ਵਾਲੀ ਚਾਹ ਪੋਣੀ ਹੈ ਪੀ ਪੀ ਕੁਛ ਨਹੀਂ ਹੁੰਦਾ ਪੀ ਪੀ ਇਹਨੂੰ ਪੀ ਮੱਖੀ ਵਾਲੇ ਕੱਢ ਤਾਂ ਲੈਣ ਦੇ ਠੰਡੀ ਹੋ ਗਈ ਕੁਛ ਨਹੀਂ ਹੁੰਦਾ ਤੂੰ ਨਸ਼ਾ ਫੀਮ ਦੀ ਡਲੀ ਸਮਝ ਕੇ ਪੀ ਜਾ ਬਸ ਹੁਣ ਕਰਿਆ ਕਰ ਅੱਧੀ ਤੂੰ ਪੀ ਮੈਂ ਕਿਉਂ ਪੀਵਾਂ ਮੈਨੂੰ ਅੱਧੀ ਤੂੰ ਪੀ ਲੈ ਮੈਂ ਤਾਂ ਨਹੀਂ ਪਿੰਦੀਗੀ ਬਾਹ ਚੱਕ ਕੇ ਪੇਕਿਆਂ ਨੂੰ ਸ਼ਾਮ ਨੂੰ ਸ਼ਾਮ ਤੋਂ ਪਹਿਲਾਂ ਫਿਰ ਭਰਾਵਾਂ ਨੂੰ ਸੱਦ ਲਿਆਉਣੀ ਹੈ ਤੇਰੇ ਨਾਲ ਮੈਂ ਕਿਸੇ ਨਾਲ ਇਹੋ ਜਿਹੇ ਮੋਰ ਕਟਵਾਉਣੇ ਆ ਮੇਰੇ ਭਰਾਵਾਂ ਤੋਂ ਤੇ ਤੂੰ ਯਾਦ ਰੱਖੇਗਾ ਚੱਲ ਛੱਡਤੀ ਹੁਣ ਪੀ ਇਹਨੂੰ ਮੈਂ ਕਿਉਂ ਪੀਵਾਂ ਚਾਹ ਆਪਣੇ ਬਣਵਾਈ ਹੈ ਮੈਂ ਨਹੀਂ ਆਪਦੇ ਆਪੇ ਬਣਾ ਕੇ ਲਿਆਈ ਓ ਰੋਡੂ ਓਏ ਓ ਰੋਡੂ ਤੂੰ ਕਾਹਦੇ ਤੋਂ ਬੁਲਾਉਂਦਾ ਚਾਹ ਪੀ ਲੈ ਬੇਟੇ ਨਾ ਰੋਡੂ ਨੂੰ ਕਾਹਦੇ ਤੋਂ ਬੁਲਾਉਣਾ ਰੋਡੂ ਰੇ ਆਵੇ ਪੁੱਤ ਓਰੇ ਆ ਭੱਜ ਕੇ ਉਹ ਵੀ ਨਹੀਂ ਪੀਂਦੇ ਉਹ ਵੀ ਨਹੀਂ ਪੀਂਦੇ ਸੁਣ ਲੀਆਂ ਤੇਰੀਆਂ ਗੱਲਾਂ ਜਮਾਕਾਂ ਨੂੰ ਪਿਉਂਦਾ ਇਹਦਾ ਖੁਦ ਪਿੰਦਾ ਨਹੀਂਗਾ ਇਹਦੇ ਕੰਮ ਮੇਰਾ ਜੀ ਤਾਂ ਕਰਦਾ ਮੈਂ ਨਹੀਂ ਪਿੰਦਾ ਸੱਚੀ ਗੱਲ ਮੈਂ ਤਾਂ ਅੱਜ ਤੈਨੂੰ ਪਿਆ ਕੇ ਹਟੂ ਮੱਖੀ ਕੱਢਤੀ ਮੈਂ ਹੁਣ ਤੂੰ ਪੀ ਲੈ ਨਾ ਮੱਖੀ ਕੱਢ ਕੇ ਆਪ ਪੀ ਲੈ ਮੈਨੂੰ ਕਹਿੰਦਾ ਹੈ ਨਾ ਤੂੰ ਕਹਿੰਦੀ ਮੈਂ ਉਹ ਵੀ ਮੱਖੀ ਜੂਸ ਦੁੱਧ ਮਹਿੰਗਾ ਹੈ ਖੰਡ ਮਹਿੰਗੀ ਹੈ ਚਾਹ ਮਹਿੰਗੀ ਹੈ ਇਹ ਫਿਰ ਹਾਲ ਮੇਰੇ ਤੇ ਲਾਗੂ ਹੋਣੀ ਹੈ ਇਹ ਤੇਰੇ ਤੇ ਹੀ ਲਾਗੂ ਹੋਣੀ ਹੈ ਤੂੰ ਤੂੰ ਵੀ ਤਾਂ ਕਰਦੀ ਅੱਧੀ ਹੈਗੀ ਹੈ ਤੂੰ ਤੂੰ ਵੀ ਇਹਨੂੰ ਹਾਂ ਪੀ ਸਕਦੀ ਹੈ ਨਸ਼ਾ ਇਹਦੇ ਵਿੱਚ ਕਿੰਨਾ ਇਹਨੂੰ ਪੀ ਲੈ ਤੇ ਕੰਮ ਤੇ ਵਲ ਵਗ ਜਾ ਉਹਨਾਂ ਦੇ ਤੈਨੂੰ ਮੈਂ ਦੱਸਾਂ ਜਿੰਨੇ ਕਹਿੰਦੇ ਮੈਂ ਇਹ ਮੈਂ ਮਰ ਜਾ ਚਾਹ ਹੋਰ ਬਣਾ ਕੇ ਲਿਆ ਮੈਂ ਨਹੀਂ ਬਣਾ ਕੇ ਬਣਾ ਕੇ ਲਿਆ ਨਹੀਂ ਬਣਾ ਕੇ ਲਿਆ ਮੈਂ ਚਾਹ ਬਣਾ ਲਿਆ ਮੈਂ ਤੈਨੂੰ ਦੱਸਾਂ ਹਾਂ ਹੁਣ ਤੈਨੂੰ ਦੱਸਾਂ ਮੈਂ ਮੇਰਾ ਢਿੱਡ ਦੁਖਦਾ ਆ ਜਾ ਤੂੰ ਢਿੱਡ ਦੁਖਦਾ ਮੇਰਾ ਹਾਂ ਢਿੱਡ ਦੁਖਦਾ ਤੈਨੂੰ 100 ਬਹਾਨੇ ਚਾਹੀਦੇ ਹਾਂ ਤੇਰਾ ਢਿੱਡ ਵੱਡੇ ਦਾ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ ਕੰਜੂਸ ਮੱਖੀ ਚੂਸ ਕਈ ਬੰਦੇ ਹੁੰਦੇ ਨੇ ਇਹੋ ਜਿਹੇ ਚਾਹ ਚ ਮੱਖੀ ਤੁਹਾਨੂੰ ਇਹ ਕਮੇਡੀ ਸਾਡੀ ਕਿਵੇਂ ਲੱਗੀ
ਤੁਹਾਡਾ ਇਹ ਜਿਹੜਾ ਕਨਸੈਪਟ ਆ ਤੁਹਾਨੂੰ ਅਸੀਂ ਇਹ ਸੁਣਾਇਆ, ਤੁਸੀਂ ਦੇਖਿਆ, ਜਿਹੜਾ ਤੁਹਾਨੂੰ ਕਿਵੇਂ ਲੱਗਿਆ ਇਹ ਜ਼ਰੂਰ ਦੱਸੋ ਕਮੈਂਟ ਕਰਕੇ, ਅਤੇ ਸਾਡੀਆਂ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਦੇ ਰਿਹਾ ਕਰੋ, ਦੇਖਦੇ ਰਿਹਾ ਕਰੋ, ਕਮੈਂਟ ਕਰਦੇ ਰਿਹਾ ਕਰੋ। ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਕਰਮਾ ਪੰਮੀ ਆਪਣਾ ਯੂਟਿਊਬ ਚੈਨਲ ਤੁਸੀਂ ਸਾਰੇ ਜਾਣਦੇ ਹੋ, ਹੈ ਨਾ, ਅਤੇ ਆਪਾਂ ਹਰ ਇੱਕ ਡੇਲੀ ਕੋਮੇਡੀ ਵੀਡੀਓ ਤੁਹਾਨੂੰ ਇੱਕ ਦਿਨ ਛੱਡ ਕੇ ਦਿਖਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ, ਅਤੇ ਸਾਡਾ ਹੌਂਸਲਾ ਵਧਾਉਂਦੇ ਰਿਹਾ ਕਰੋ, ਅਤੇ ਆਪਾਂ ਹੋਰ ਤੁਹਾਡੇ ਵਾਸਤੇ ਵਧੀਆ ਵਧੀਆ ਜਿਹੜੀਆਂ ਵੀਡੀਓ ਨਾਲ ਕੋਮੇਡੀ ਲੈ ਕੇ ਆਉਂਦੇ ਰਹਾਂਗੇ, ਅਤੇ ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ।